ਅੱਜ ਮੈਂ ਬਣਾ ਰਹੀ ਹਾਂ ਬਹੁਤ ਜ਼ਿਆਦਾ ਟੇਸਟੀ ਅਤੇ ਯੰਮੀ ਨਾਸ਼ਤਾ। ਅਤੇ ਇਹ ਨਾਸ਼ਤੇ ਨੂੰ ਜੇ ਤੁਸੀਂ ਇੱਕ ਵਾਰੀ ਬਣਾਓਗੇ ਨਾ ਤਾਂ ਵਾਰ ਵਾਰ ਡਿਮਾਂਡ ਆਏਗੀ ਇਸ ਨਾਸ਼ਤੇ ਨੂੰ ਬਣਾਉਣ ਦੀ। ਇਹ ਬੱਚਿਆਂ ਦੇ ਟਿਫਿਨ ਵਿੱਚ ਵੀ ਦਿਓ ਅਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਟੇਸਟੀ ਲੱਗੇਗਾ। ਮੰਮਾ ਮੈਂ ਕਿਆ ਪਾਏਗੇ ਇਹਦੇ ਵਿੱਚ? ਪਾਵਾਂਗੇ 3 ਮਿਰਚਾਂ ਪਾਵਾਂਗੇ ਹਰੀਆਂ। ਟਮਾਟਰ ਮੈਂ ਕਿਆ ਪਾਈਏ? ਹੋਰ ਟਮਾਟਰ ਦਾ ਪਲਪ ਕੱਟਤਾ ਨਾ ਅਤੇ ਟਮਾਟਰ ਦਾ ਜਿਹੜਾ ਛਿਲਕਾ ਪਾਈ ਇੱਕਦਮ ਵਾਟਰਮੈਲਨ ਦੀ ਤਰ੍ਹਾਂ ਦਿਖ ਰਿਹਾ। ਵਾਟਰਮੈਲਨ ਕੀ ਤਰ੍ਹਾਂ ਲਿਖ ਦਿਖ ਰਿਹਾ ਮੈਂ ਪਹਿਲਾਂ ਇਹਨੂੰ ਆਪਾਂ ਸਬਜ਼ੀ 'ਚ ਯੂਜ਼ ਕਰ ਲਾਂਗੇ। ਹਟਾ ਦੇਗੀ? ਹਟਾ ਦੇਗੀ। ਇੱਕ ਪਿਆਜ਼ ਇਹਨੂੰ ਕੱਟ ਲਾਂਗੇ ਆਪਾਂ। ਜੇ ਤੁਹਾਨੂੰ ਲੰਬੇ ਪਿਆਜ਼ ਪਸੰਦ ਹੋਣ ਤਾਂ ਲੰਬੇ ਵੀ ਕੱਟ ਸਕਦੇ ਹੋ, ਜੇ ਪਤਲੇ ਕੱਟੇ ਹੋਣ ਤਾਂ ਪਤਲੇ ਵੀ ਕੱਟ ਸਕਦੇ। ਖਾਣਾ ਬਣਾ ਰਹੀ ਹੈ ਤੋ ਵੀਡੀਓ ਕਾਰਡ ਪੂਰਾ ਦੇਖਣਾ, ਇੱਕਦਮ ਪੂਰੀ ਹੈ, ਆਪ ਵੀ ਦੇਖ ਲੋਗੇ। ਕਾਕਾ ਸੋ ਕੇ ਉੱਠਿਆ ਤੇ ਕਾਕੇ ਨੂੰ ਲੱਗੀ ਹੈ ਭੁੱਖ। ਹਾਂਜੀ ਬੇਬੀ, ਬਸ 2 ਮਿੰਟ ਲੱਗਣਗੇ। ਤੇ ਅੱਜ ਜਿਹੜਾ ਬਹੁਤ ਜ਼ਿਆਦਾ ਟੇਸਟੀ ਨਾਸ਼ਤਾ ਬਣ ਰਿਹਾ, ਨਾ ਇਹਦੇ ਵਿੱਚ ਚੌਲਾਂ ਦਾ ਆਟਾ ਪਏਗਾ, ਨਾ ਬੇਸਣ ਪਏਗਾ, ਅਤੇ ਨਾ ਹੀ ਆਪਾਂ ਮੈਦੇ ਦਾ ਯੂਜ਼ ਕਰਾਂਗੇ, ਅਤੇ ਨਾ ਹੀ ਆਪਾਂ ਕਣਕ ਦੇ ਆਟੇ ਦਾ ਯੂਜ਼ ਕਰਾਂਗੇ। ਅੱਧੀ ਕੋਲੀ ਮੂੰਗੀ ਦੀ ਦਾਲ ਹੈ, ਮੈਂ ਭਿਓ ਕੇ ਰੱਖੀ ਸੀ ਅਤੇ ਇੱਕ ਕੋਲੀ ਹੋ ਗਈ ਹੈ ਪੂਰੀ। ਠੀਕ ਹੈ, ਦੇਖ ਸਕਦੇ ਹੋ ਕੋਈ ਫੁੱਲ ਗਈ ਹੈ ਮੂੰਗੀ ਦੀ ਦਾਲ। ਅਤੇ ਮੂੰਗੀ ਦੀ ਦਾਲ ਨੂੰ ਜੇ ਇੰਸਟੈਂਟ ਕੱਢਣਾ ਹੋਵੇ ਤਾਂ ਤੁਸੀਂ ਗਰਮ ਪਾਣੀ ਵਿੱਚ ਭਿਓ ਦੇਣਾ, 5 ਮਿੰਟ ਵਿੱਚ ਜਿਹੜੀ ਮੂੰਗੀ ਦੀ ਦਾਲ ਫੁੱਲ ਕੇ ਤਿਆਰ ਹੋ ਜਾਏਗੀ। ਥੋੜ੍ਹਾ ਜਿਹਾ ਪਾਣੀ ਐਡ ਕਰ ਰਹੀ ਹਾਂ ਅਤੇ ਇਹਨੂੰ ਪੀਸ ਲਾਂਗੀ ਮੈਂ। 4 ਤੋਂ 5 ਕਲੀਆਂ ਜਿਹੜੀਆਂ ਲਸਣ ਦੀਆਂ ਵਿੱਚ ਪਾ ਕੇ ਅਤੇ ਪੀਸ ਲਾਂਗੀ। ਹੁਣ ਮੈਂ ਬੈਟਰ ਜਿਹੜਾ ਪੀਸ ਲਿਆ ਫਿਰ ਇਹਦੇ ਵਿੱਚ ਪਾ ਲਾਂਗੀ। ਧਨੀਆ ਪਾਵਾਂਗੇ, ਟਮਾਟਰ ਪਾ ਲਾਂਗੇ, ਪਿਆਜ਼ ਪਾ ਲਾਂਗੇ, ਨਮਕ ਪਾਵਾਂਗੇ ਅਕੋਰਡਿੰਗ ਟੂ ਟੇਸਟ। ਠੀਕ ਹੈ, ਥੋੜ੍ਹਾ ਜਿਹਾ ਬੇਕਿੰਗ ਸੋਡਾ ਪਾਵਾਂਗੇ, ਜੇ ਇਹਨੂੰ ਹੋਏ ਤਾਂ ਇਹਨੂੰ ਐਡ ਕਰ ਸਕਦੇ ਹੋ। ਚਲੋ ਹੁਣ ਇਹਨੂੰ ਸਾਰੇ ਨੂੰ ਮਿਕਸ ਕਰ ਲਾਂਗੇ। ਵੈਜੀਟੇਬਲ ਓਇਲ ਲਵਾਂਗੇ ਆਪਾਂ ਅਤੇ ਇਹਨੂੰ ਹਲਕਾ ਜਿਹਾ ਸਪਰੈਡ ਕਰ ਲਾਂਗੇ। ਠੀਕ ਹੈ, ਥੋੜ੍ਹੇ ਥੋੜ੍ਹੇ ਓਇਲ ਦੀ ਜ਼ਰੂਰਤ, ਜ਼ਿਆਦਾ ਓਇਲ ਦੀ ਜ਼ਰੂਰਤ ਨਹੀਂ ਹੈਗੀ ਸਾਨੂੰ। ਮੈਂ ਜ਼ਿਆਦਾ ਪਤਲਾ ਨਹੀਂ ਕੀਤਾ, ਇਸ ਕਰਕੇ ਜਿਹੜੀ ਵੀ ਸ਼ੈਫ ਦੇ ਰਹੀ ਹੈ ਨਾ ਵਧੀਆ ਤਰ੍ਹਾਂ ਆ ਗਈ, ਅਤੇ ਜ਼ਿਆਦਾ ਪਤਲਾ ਨਹੀਂ ਕਰਨਾ ਹੈਗਾ। ਹੁਣ ਇਹਦੇ ਉੱਤੇ ਮੈਂ ਦੂਸਰਾ ਪਾ ਲਾਂਗੀ ਹਲਕਾ ਜਿਹਾ।
ਮੈਂ ਇਹਨੂੰ ਸੇਮ ਵਿੱਚ ਥੋੜ੍ਹੀ ਦੇਰ ਪੱਕਣ ਦੇਵਾਂਗੀ। ਹੁਣ ਇਹਨੂੰ ਮੈਂ ਪਲਟ ਲਿਆ ਅਤੇ ਢੱਕ ਦਾਂਗੇ। ਮੈਨੂੰ ਚੈੱਕ ਕਰ ਥੋੜ੍ਹਾ ਜਿਹਾ ਵੈਜੀਟੇਬਲ ਆਇਲ ਲਗਾ ਦਾਂਗੇ। ਹੁਣ ਇਹਨੂੰ ਓਪਣੇ 'ਚ ਪਕਾਵਾਂਗੇ। ਹੁਣ ਐਵੇਂ ਕਰਕੇ ਨਾ ਥੋੜ੍ਹੇ ਥੋੜ੍ਹੇ ਸਾਈਡਾਂ ਵੀ ਸੇਕ ਲੈਣੀਆਂ। ਮੀਡੀਅਮ ਫਲੇਮ 'ਤੇ ਕੁੱਕ ਕਰਨਾ ਹੈ, ਨਾ ਕਿ ਹਾਈ ਫਲੇਮ 'ਤੇ, ਠੀਕ ਹੈ। ਮੀਡੀਅਮ ਫਲੇਮ 'ਤੇ ਜੇ ਹਾਈ ਫਲੇਮ 'ਤੇ ਕੁੱਕ ਕਰੋਗੇ ਨਾ ਤਾਂ ਸੜ ਜਾਏਗਾ। ਹੁਣ ਸਾਡਾ ਤੋਂ ਸੇਕਣਾ, ਇਹਨੂੰ ਥੋੜ੍ਹਾ ਥੋੜ੍ਹਾ ਐਵੇਂ ਸੇਕ ਲੈਣਾ ਮੇਰੇ ਵਾਂਗੂ। ਹੁਣ ਇਹਨੂੰ ਮੈਂ ਇੱਧਰ ਰੱਖ ਲਵਾਂਗੀ। ਮਮਾ ਥੋੜਾ ਸਾ ਹੀ ਦੇਣਾ ਇਸਕੋ। ਠੀਕ ਹੈ ਬੱਚਾ। ਅੱਛਾ ਲਗਾ? ਮੁਝੇ ਵੀ ਥੋੜ੍ਹੀ ਜਿਹੀ ਕੋਲ। ਵਾਹ ਵੇ ਵਾਹ। ਸੋਸ ਕੇ ਲੱਗ ਸੋਕ ਲਾ ਲੋ। ਵਾਹ ਵੀ ਵਾਹ, ਕਿਆ ਸਵਾਦ ਆ, ਮਜ਼ਾ ਹੀ ਆ ਗਿਆ। ਬਹੁਤ ਜ਼ਿਆਦਾ ਟੇਸਟ ਬਣਿਆ। ਮੇਰੇ ਬੱਚਿਆਂ ਨੂੰ ਤਾਂ ਬਹੁਤ ਪਸੰਦ ਆਇਆ, ਤੁਸੀਂ ਵੀ ਆਪਣੇ ਘਰ ਟਰਾਈ ਕਰੋ, ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ। ਥੈਂਕ ਯੂ, ਬਾਏ ਬਾਏ।